ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਗੱਲਾ ਮੰਡੀ ਦੇ ਅੰਦਰ ਮਾਸ਼ਾਅੱਲਾ ਤੇਲਾਂ ਦੀ ਸੂਰਤ ਹਾਲ ਚੈੱਕ ਕਰੋ, ਚੰਗੇ ਖਰੀਦਦਾਰ ਆਏ ਹੋਏ ਤੇ ਚੰਗੇ ਅੱਜ ਤੇਲ ਆਏ ਹੋਏ, ਲਾਈਵ ਬੋਲੀ ਹੋ ਰਹੀ ਹੈ ਤੇ ਮਾਰ ਸਾਹਿਬ ਨੇ ਅੱਜ ਸੂਰਤ ਹਾਲ ਤਾਜ਼ਾ ਤਰੀਨ ਪੁੱਛਦੇ। ਵਾਲੇਕੁਮ ਜੀ, ਮਾਰ ਸਾਹਿਬ ਕੀ ਹਾਲ ਚਾਲ? ਸ਼ੁਕਰ ਅਲਹਮਦੁਲਿਲਾਹ, ਮਾਸ਼ਾਅੱਲਾ ਜੀ ਰੌਣਕਾਂ ਲੱਗੀਆਂ ਹੋਈਆਂ। ਹਾਂਜੀ ਇਨਸ਼ਾਅੱਲਾ ਸਭ। ਕਿਹੜੀ ਕਿਹੜੀ ਜਿੰਸ ਆ ਰਹੀ ਹੈ ਜੀ? ਗੱਲਾ ਮੰਡੀ ਸਭ ਤੋਂ ਜ਼ਿਆਦਾ ਤੇਲ ਆ ਰਹੀ ਹੈ, ਗੰਦਮ ਆ ਰਹੀ ਹੈ, ਫਿਰ ਮੂੰਗੀ ਹੈ, ਫਿਰ ਦਾਲ ਆ ਰਹੀ ਹੈ ਮਾਸ਼ਾਅੱਲਾ ਕਾਫੀ। ਬੇਈਮਾਨੀ ਕੰਪਨੀ ਦੇ ਲੋਕੀ ਨਾ ਫਿਰ ਨੈਕਸਟ ਟਾਈਮ ਵਾਸਤੇ ਮੱਕੀ ਜ਼ਿਆਦਾ ਬੀਜਣ, ਜੇ ਰੇਟ ਚੜਾ ਜਾਂਦਾ ਸੀਜ਼ਨ ਚ ਫਿਰ ਥੱਲੇ ਲੈ ਆਉਣੀ ਹੈ। ਤੇਲ ਜਨਾਬ ਕੋਲ 6,000 ਤੋਂ ਲਾ ਕੇ 13,000 ਰੁਪਏ, ਜਿਹੜਾ ਵਾਈਟ ਕੁਆਲਿਟੀ ਹੈ ਨਾ, ਵਾਈਟ ਸਫੈਦ, ਉਹ 13,000 ਨੂੰ ਕਾਲੇ ਵਿਕੇ ਨੇ ਸਰ। ਬਾਕੀ 7,000 ਨੂੰ, 8,000 ਨੂੰ, 5,000 ਨੂੰ, 9,000 ਨੂੰ, 11,000 ਨੂੰ, ਤਕਰੀਬਨ ਗੰਦਮ ਜਨਾਬ ਕੱਲ ਅਸਾਂ ਵੇਚੀ 10 ਰੁਪਏ ਕੰਮ 26 ਰੁਪਏ, ਇਜ਼ਾਫਾ ਹੋਇਆ ਰੇਟ ਦਾ, ਤੇ ਲੇਕਿਨ ਗੰਦਮ ਵੀ ਆਈ ਪੀ ਅੱਛੀ ਲਾਲ ਕੁਆਲਿਟੀ ਅੱਛੀ ਕੁਆਲਿਟੀ ਹੈ, 10 ਕੰਮ 26 ਰੁਪਏ। ਮੂੰਗੀ ਦਾ ਕੀ ਰੇਟ ਚੱਲ ਰਿਹਾ ਜੀ? ਮੂੰਗੀ ਚੱਲਦੀ ਪਈ ਜੀ 1200 ਤੋਂ ਲਾ ਕੇ ਤੇ 1800-1900 ਤੱਕ। ਇਹ ਨਵੀਂ ਤੇ ਫੁੱਲੇ ਵਾਲੀ ਸੱਦਣ ਹੈ। ਹਾਂਜੀ ਕੁਆਲਿਟੀ ਅੱਛੀ ਸਹੀ ਨਹੀਂ ਹੋਊਗੀ। ਮੂੰਗੀ ਦਾ ਕੀ ਰੇਟ ਹੈ? ਮੂੰਗੀ ਚੱਲਦੀ ਪਈ ਜੀ 6,000 ਤੋਂ 5,000 ਤੋਂ ਲਾ ਕੇ 10,000, ਅੱਛੀ ਕੁਆਲਿਟੀ ਜਿਹੜੀ 9,000-9,500। ਮਾਤਾ ਜਿਹੜੇ ਤੇਲ ਆ ਰੱਖਣੇ ਚਾਹੀਦੇ ਵੀ ਸੇਲ ਕਰਨੀ? ਤੇਲ ਅੱਛੀ ਕੁਆਲਿਟੀ ਦਾ ਲੈ ਕੇ ਰੱਖ ਲੈਣ ਜੀ, ਇਹ ਤਾਂ ਐਂਡ ਦਾ ਰੇਟ ਥੱਲੇ ਆ ਗਏ ਨੇ। ਇਹ ਵੈਸੇ ਇਹਦਾ ਰੇਟ ਕਿਦੋਂ ਉੱਪਰ ਜਾਂਦਾ ਹੁੰਦਾ? ਇਹ ਤਕਰੀਬਨ 11ਵੇਂ 12ਵੇਂ ਮਹੀਨੇ, 11ਵੇਂ 12ਵੇਂ ਮਹੀਨੇ, ਯਾਨੀ ਕਿ ਜਦੋਂ ਸਰਦੀਆਂ ਥੋੜੀਆਂ ਜਿਹੀਆਂ। ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਮਾਤਾ।